ਸਤਿਕਾਰਯੋਗ ਸ਼੍ਰੀ ਬ੍ਰਹਮਿੰਦਰਾ ਜੀ ਜਿਹੜੇ ਹੁਣ ਲੋਕਲ ਬਾਡੀ ਮਿਨਿਸਟਰ ਹੈਗੇ ਆ, ਪਹਿਲਾਂ ਉਹ ਸਾਡੇ ਸੂਬੇ ਦੇ ਹੈਲਥ ਮਿਨਿਸਟਰ ਸਿਹਤ ਮੰਤਰੀ ਹੋਇਆ ਕਰਦੇ ਸੀ। ਮੈਂ ਇੱਕ ਇਸ਼ੂ ਜਿਹਦੇ ਮੇਰੇ ਕੋਲ ਪੁਖਤਾ ਸਬੂਤ ਪਰੂਫ ਹੈ, ਮੈਡੀਸਨ ਮਾਫੀਆ ਪੰਜਾਬ ਦੇ ਅੰਦਰ ਐਂਡ ਉਹ ਸਾਰਾ ਕੁਛ ਉਜਾਗਰ ਹੋਣ ਤੋਂ ਬਾਅਦ ਹਤਾਸ਼ ਦੇ ਵਿੱਚ ਆਏ ਹੋਏ ਸੱਚ ਦੀ ਆਵਾਜ਼ ਨੂੰ ਦਬਾਉਣ ਵਾਸਤੇ ਬ੍ਰਹਮਿੰਦਰਾ ਜੀ, ਮੇਰਾ ਖਿਆਲ ਇੱਥੇ ਇਸੇ ਅਦਾਲਤ ਦੇ ਅੰਦਰ 6-8 ਮਹੀਨੇ ਉਹਨਾਂ ਨੇ ਆਪਣੀਆਂ ਗਵਾਹੀਆਂ ਇਹ ਉਹ ਕੀਤਾ ਤਾਂ ਕਿ ਡਰਾਇਆ ਜਾ ਸਕੇ। ਬ੍ਰਹਮਿੰਦਰਾ ਜੀ, ਸਿਮਰਜੀਤ ਬੈਂਸ ਡਰਨ ਵਾਲਾ ਨਹੀਂ, ਮੇਰੀ ਆਦਤ ਦਾ ਹਿੱਸਾ, ਮੈਂ ਕਦੇ ਕਿਸੇ 'ਤੇ ਕੋਈ ਝੂਠਾ ਇਲਜ਼ਾਮ ਨਹੀਂ ਲਾਇਆ। ਮੇਰੇ ਕੋਲ ਦਸਤਾਵੇਜ਼ ਹੋਣ, ਗੱਲ ਸੱਚੀ ਅਤੇ ਪੁਖਤਾ ਹੋਵੇ ਅਤੇ ਫਿਰ ਉਹ ਸੱਜਣ ਕਿਸੇ ਕੁਰਸੀ 'ਤੇ ਬਿਰਾਜਮਾਨ ਹੋਵੇ, ਉਹ ਸੱਤਾਧਾਰੀ ਹੋਵੇ, ਉਹ ਕੋਈ ਵੱਡਾ ਅਹਿਲਕਾਰ ਹੋਵੇ, ਬਿਊਰੋਕਰੇਟ ਹੋਵੇ, ਕੋਈ ਮਾਨਾ ਨਹੀਂ ਰੱਖਦਾ। ਸੋ ਮੈਨੂੰ ਅੱਜ ਤੱਕ ਕਦੇ ਵੀ ਮਾਨਯੋਗ ਅਦਾਲਤ ਤੋਂ ਸੰਮਨ ਨਹੀਂ ਗਏ, ਨਾ ਬਾਏ ਪੋਸਟ, ਨਾ ਬਾਏ ਕੋਰੀਅਰ, ਨਾ ਕੋਈ ਅਦਾਲਤ ਦਾ ਮੁਲਾਜ਼ਮ। ਮੈਂ ਅੱਜ ਇਹ ਵੀ ਗੱਲ ਕਹੂੰਗਾ ਕਿਉਂਕਿ ਸ਼੍ਰੀ ਬ੍ਰਹਮਿੰਦਰਾ ਜੀ ਸਰਕਾਰ ਦੇ ਵਿੱਚ ਕੈਬਨਿਟ ਵਜ਼ੀਰ ਹੈਗੇ ਆ, ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ, ਆਪਣੇ ਤੰਤਰ ਮੰਤਰ ਵਰਤਦੇ ਆ ਅਤੇ ਕੱਲ੍ਹ ਦੀ ਇੱਕ ਨਿਊਜ਼ ਜਿਹੜੀ ਬੜੀ ਵੱਡੀ ਪੱਧਰ 'ਤੇ ਮੀਡੀਆ ਦੇ ਅੰਦਰ ਵਾਇਰਲ ਹੋਈ, ਸਿਮਰਜੀਤ ਬੈਂਸ ਦੇ ਗੈਰ ਜ਼ਮਾਨਤੀ ਵਾਰੰਟ। ਮੈਂ ਭੱਜਣ ਵਾਲਾ ਨਹੀਂ ਹੈਗਾ, ਮੈਂ ਉਸ ਖਬਰ ਦੀ ਤਸਦੀਕ ਤੋਂ ਬਾਅਦ ਅੱਜ ਆ ਕੇ ਮਾਨਯੋਗ ਜੱਜ ਸਾਹਿਬ ਨੂੰ ਰਿਕੁਐਸਟ, ਮੇਰੇ ਨਾਲ ਮੇਰੇ ਸੀਨੀਅਰ ਜਿਹੜੇ ਸਾਥੀ ਵਕੀਲ ਸਾਹਿਬਾਨ ਗਏ, ਮੈਨੂੰ ਨਾ ਤਾਂ ਸੰਮਣ ਆਏ, ਨਾ ਬਾਏ ਪੋਸਟ, ਨਾ ਕੋਰੀਅਰ। ਮੈਨੂੰ ਹੁਣ ਤੁਸੀਂ ਅੱਜ ਮੀਡੀਆ ਤੋਂ ਪਤਾ ਲੱਗਿਆ ਕਿ ਗੈਰ ਜ਼ਮਾਨਤੀ ਵਾਰੰਟ ਕੱਢੇ ਆ। ਸੋ ਮੈਨੂੰ ਮਾਨਯੋਗ ਅਦਾਲਤ ਨੇ, ਮਾਨਯੋਗ ਜੱਜ ਸਾਹਿਬ ਨੇ ਬੇਲ ਦਿੱਤੀ ਐਂਡ 6-3 ਤਰੀਕ ਹੈਗੀ ਆ। ਅਤੇ ਮੈਂ ਫਿਰ ਕਹੂੰਗਾ, ਮੈਂ ਤਾਂ ਖੁਦ ਚਾਹੁੰਦਾ ਸੀ ਵੀ ਇਹ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਇਨ ਦਾ ਕੋਰਟ। ਬ੍ਰਹਮਿੰਦਰਾ ਜੀ ਕੈਸੇ ਹੈਗੇ ਆ ਮੇਰੇ ਨਾਲੋਂ ਵੱਧ ਪਟਿਆਲੇ ਦੇ ਲੋਕ ਜਾਣਦੇ ਆ, ਉਹਨਾਂ ਦਾ ਲੋਕਲ ਬਾਡੀ ਦੇ ਅੰਦਰ ਇਹ ਮਤ ਸੋਚਣ ਬ੍ਰਹਮਿੰਦਰਾ ਜੀ, ਇਹ ਮਨ ਦੇ ਵਿੱਚ ਵਹਿਮ ਅਤੇ ਭਰਮ ਮਤ ਪਾਲਣ ਕਿ ਮੈਂ ਡੈਫਾਮੇਸ਼ਨ ਤੋਂ ਡਰ ਕੇ ਉਹਨਾਂ ਦੇ ਵਰਖਿਲਾਫ ਜਿਹੜੀਆਂ ਸੱਚੀਆਂ ਗੱਲਾਂ ਨੇ ਉਹ ਲੋਕਾਂ ਦੀ ਕਚਹਿਰੀ 'ਚ ਨਹੀਂ ਲੈ ਕੇ ਜਾਊਂਗਾ, ਇਹ ਕਦੇ ਨਹੀਂ ਹੋ ਸਕਦਾ। 100% ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਏਗਾ। ਜਿੰਨੇ ਮੈਡੀਸਨ ਮਾਫੀਆ ਪੰਜਾਬ ਦੇ ਅੰਦਰ ਕੀ ਹੈਗਾ, ਜਦੋਂ ਮੈਂ ਸਾਰੀ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਕੀਤੀ ਐਂਡ ਮੈਂ ਜਿਹੜੇ ਪੁਖਤਾ ਸਬੂਤ ਪਰੂਫ ਪ੍ਰੈਸ ਦੇ ਸਾਥੀਆਂ ਨੂੰ ਵੀ ਦਿੱਤੇ, ਅਤੇ ਬ੍ਰਹਮਿੰਦਰਾ ਜੀ ਪਰੂਫ ਕਰਨ ਕਿ ਉਹਨਾਂ ਨੇ ਇਹ ਮੈਡੀਸਨ ਮਾਫੀਆ, ਉਹਨਾਂ ਦੇ ਪਰਿਵਾਰ ਨੇ ਜਾਂ ਉਹਨਾਂ ਨੇ ਇਸ ਪਾਵਰ ਦੀ ਕੈਬਨਿਟ ਵਜ਼ੀਰੀ ਜਿਹੜੀ ਹੈਲਥ ਮਹਿਕਮੇ ਦੀ ਆ ਉਹਦੀ ਦੁਰਵਰਤੋਂ ਕਰਦੇ ਹੋਏ ਨਹੀਂ ਕੀਤਾ। ਕੋਰਟ ਤੈਅ ਕਰੂ ਕਿ ਮੇਰੇ ਕੋਲ ਸਬੂਤ ਪਰੂਫ ਸਾਰੇ ਆ, ਮੈਂ ਅਦਾਲਤ ਦੇ ਵਿੱਚ ਸਾਰੇ ਸਬੂਤ ਪਰੂਫ ਰੱਖਾਂਗਾ। 2018 'ਚ ਮਾਨਹਾਨੀ ਦਾ ਦਾਅਵਾ ਉਹਨਾਂ ਨੇ ਲਾਇਆ ਸੀ ਤੁਹਾਡੇ 'ਤੇ, ਉਹਦੇ ਦਰਮਿਆਨ ਤੁਹਾਡੇ ਤੱਕ ਇੱਕ ਵੀ ਸੰਮਨ ਨਹੀਂ ਪਹੁੰਚਿਆ? ਇੱਕ ਵੀ ਸੰਮਨ, ਦਸਤੀ, ਬਾਏ ਪੋਸਟ ਜਾਂ ਬਾਏ ਕੋਰੀਅਰ। ਸੋ ਮੈਂ ਅੱਜ ਤਾਂ ਹੀ ਤੁਹਾਨੂੰ ਕਹਿ ਰਿਹਾ ਕਿ ਇਹ ਸਮੇਂ ਦੇ ਤਾਕਤਵਰ ਲੋਕ ਕੋਈ ਵੀ ਹਥਕੰਡਾ ਅਪਣਾ ਸਕਦੇ ਆ। ਅਦਾਲਤ ਦੇ ਵਿੱਚ ਪ੍ਰੋਸੀਜਰ ਦੇ ਤਹਿਤ ਸਾਡਾ ਸੰਵਿਧਾਨ ਹੈ, ਸੰਵਿਧਾਨ ਤੋਂ ਬਾਅਦ ਕਾਨੂੰਨ, ਕਾਨੂੰਨ ਤੋਂ ਬਾਅਦ ਨਿਯਮ ਹੈਗੇ ਆ। ਉਹਨਾਂ ਨਿਯਮਾਂ ਦੀ ਥੱਲੜੇ ਮੁਲਾਜ਼ਮਾਂ ਕੋਲੋਂ ਅਣਦੇਖੀ ਕਰਾਉਣੀ ਵੀ ਇਹ ਸਰਕਾਰੀ ਧਿਰ ਦੇ ਪਾਵਰਫੁੱਲ ਲੋਕਾਂ ਦਾ ਧੰਦਾ ਹੈਗਾ। ਸੋ ਮੈਂ ਫਿਰ ਕਹੂੰਗਾ, ਇਹ ਅਦਾਲਤ ਮਾਨਯੋਗ, ਮੈਨੂੰ ਪੂਰਨ ਵਿਸ਼ਵਾਸ ਆ, ਅੱਜ ਤੱਕ ਸਿਮਰਜੀਤ ਬੈਂਸ ਨੇ ਜਿੰਨੀਆਂ ਬੇਈਮਾਨ ਮਾਫੀਆ ਦੇ ਖਿਲਾਫ਼ ਕਾਰਵਾਈਆਂ, ਜਿੰਨੇ ਮਾਫੀਆ ਦੇ ਖਿਲਾਫ਼ ਸੰਘਰਸ਼ ਕੀਤੇ ਆ ਝੂਠੇ ਮੁਕੱਦਮਿਆਂ ਦੇ ਵਿੱਚੋਂ, ਪਾਕ ਸਾਫ਼ ਬਰੀ ਹੋ ਕੇ ਆ, ਮੈਨੂੰ ਮੇਰੇ ਦੇਸ਼ ਦੀ ਨਿਆਂ ਪ੍ਰਕਿਰਿਆ ਦੇ ਉੱਤੇ ਰੱਬ ਵਰਗਾ ਯਕੀਨ ਹੈ। ਹਾਂਜੀ, ਮੈਂ ਬੇਲ ਬੌਂਡ ਭਰ ਕੇ ਆਇਆ, 30,000 ਦਾ ਜ਼ਮਾਨਤੀ ਬੌਂਡ ਭਰ ਕੇ ਆਇਆ। ਮੈਂ ਜ਼ਮਾਨਤ ਲੈ ਕੇ ਬਾਹਰ ਆਇਆ, 6-3 ਤਰੀਕ ਹੈਗੀ ਅਗਲੇ ਮਹੀਨੇ ਦੀ 6 ਤਰੀਕ। ਐਂਡ ਮੇਰੀ ਇੱਕ ਬੇਨਤੀ ਹੈ, ਅਸੀਂ ਇੱਕ ਪ੍ਰੈਸ ਕਾਨਫਰੰਸ ਪ੍ਰੈਸ ਕਲੱਬ ਤੁਹਾਡੇ ਜਿਹੜਾ ਹੈਗਾ ਉੱਥੇ ਰੱਖੀ ਆ, ਡਿਫਰੈਂਟ ਇਸ਼ੂ ਇਹ ਨਹੀਂ ਹੈਗਾ ਉਹਦੇ। ਫ੍ਰੀ ਸੇਵਾ, ਫ੍ਰੀ ਸਮਾਧਾਨ। ਵਿਦੇਸ਼ 'ਚ ਬੈਠੇ ਕਿਉਂ ਹੋ ਪਰੇਸ਼ਾਨ? ਤੰਤਰ ਮੰਤਰ, ਕਾਲੀ ਸ਼ਕਤੀ ਅਤੇ ਕਾਲੇ ਇਲਮ ਦੇ ਬੇਤਾਜ ਬਾਦਸ਼ਾਹ ਪੰਡਿਤ ਸ਼ਾਮ ਸੁੰਦਰ ਜੀ, ਮੇਰਾ ਕੀਤਾ ਹੋਇਆ ਚੱਲੇਗਾ ਸੱਤ ਸਮੁੰਦਰੋਂ ਪਾਰ। ਅਜਿਹਾ ਕੋਈ ਤਾਲਾ ਨਹੀਂ ਜੋ ਖੁੱਲੇ ਨਾ, ਹਰ ਕੰਮ ਹੁੰਦਾ ਹੈ ਕਰਨ ਵਾਲਾ ਚਾਹੀਦਾ। ਸਮੱਸਿਆ ਦਾ ਸਮਾਧਾਨ 100% ਗਰੰਟੀ ਦੇ ਨਾਲ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ, ਸਪੈਸ਼ਲਿਸਟ ਵਸ਼ੀਕਰਨ ਕਰਨਾ ਜਾਂ ਤੁੜਵਾਉਣਾ, ਲਵ ਮੈਰਿਜ, ਲਾਟਰੀ ਨੰਬਰ, ਪੀਆਰ ਪ੍ਰੋਬਲਮ, ਵਿਦੇਸ਼ 'ਚ ਪੱਕਾ ਹੋਣਾ,
ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਕਰਜ਼ਾ ਮੁਕਤੀ, ਸੱਸ ਨੂੰ ਪਤੀ ਪਤਨੀ ਚ ਅਣਬਣ, ਜਾਇਦਾਦ ਚ ਝਗੜਾ, ਮਨ ਚਾਇਆ ਪਿਆਰ, ਬੱਚੇ ਕਹਿਣੇ ਤੋਂ ਬਾਅਦ ਘਰ ਚ ਕਲੇਸ਼। ਜੇਕਰ ਤੁਹਾਡਾ ਕੋਈ ਭੈਣ ਭਰਾ, ਪਤੀ ਪਤਨੀ, ਪ੍ਰੇਮੀ ਪ੍ਰੇਮਿਕਾ ਕਿਸੇ ਦੇ ਵਸ ਵਿਚ ਹੈ ਤਾਂ ਉਸ ਨੂੰ ਬਾਹਰ ਕੱਢਣ ਲਈ ਪੰਡਿਤ ਸ਼ਾਮ ਸੁੰਦਰ ਜੀ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 97795-056-68। ਨੰਬਰ ਇੱਕ ਵਾਰ ਫਿਰ ਨੋਟ ਕਰ ਲੋ, 9779595056-68।